ਤੁਹਾਡਾ ਮੈਚ ਪਹਿਲਾਂ ਹੋਇਆ ਸੀ ਧੂੜਕੋਟ ਰਣ ਸਿੰਘ ਦੀ ਟੀਮ ਨੂੰ ਬੇਨਤੀ ਆ ਜਲਦੀ ਆ ਜੇ ਧੂੜਕੋਟ ਰਣ ਸਿੰਘ ਤੇ ਕੋਲੀਆ ਕਲਾਂ ਆ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸਾਡੇ ਵੀ ਵਿੱਕੀ ਹੁਣਾਂ ਨੂੰ ਮੁਬਾਰਕਬਾਦ ਆ ਦੇਵੀ ਹੁਣਾਂ ਨੂੰ ਲਖਵਿੰਦਰ ਮਾਨ ਹੁਣਾਂ ਨੂੰ ਰਣਜੀਤ ਸਿੰਘ ਹੁਣਾਂ ਨੂੰ ਮਾਂ ਮੁਬਾਰਕਬਾਦ ਆ ਅੱਜ ਦੇ ਇਸ ਟੂਰਨਾਮੈਂਟ ਦੀ ਔਰ ਸਾਡਾ ਵੀਰ ਬਿੱਟੂ ਟੇਲਰ ਮਾਸਟਰ ਜਗ੍ਹਾ ਕਬੱਡੀ ਖਿਡਾਰੀ ਅਮਨਦੀਪ ਕਬੱਡੀ ਖਿਡਾਰੀ ਹੈਪੀ ਬਰਾਤ ਔਰ ਨਿਕਾ ਸਾਰਿਆਂ ਨੂੰ ਮੁਬਾਰਕਬਾਦ ਆ ਔਰ ਸਾਡਾ ਵੀਰ ਦੇਵੀ ਦਿਆਲ ਹਾਂ ਸਾਰਿਆਂ ਨੂੰ ਮੁਬਾਰਕਬਾਦ ਆ ਜੀ ਉਧਰ ਫਾਈਨਲ ਦੇ ਟੀਮਾਂ ਨੂੰ ਸਾਡੀ ਬੇਨਤੀ ਹੈ ਜਲਦੀ ਦੇ ਨਾਲ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਘੋਲੀਆ ਤੇ ਧੂੜਕੋਟ ਰਣਸੀ ਮੇਰੀ ਬੇਨਤੀ ਟੀਮਾਂ ਫਾਈਨਲ ਮੁਕਾਬਲੇ ਦੀਆਂ ਦੋਨੋਂ ਡਲਦੀਆਂ ਧੂੜਕੋਟ ਰਣਸੀ ਤੇ ਘੋਲੀਆ ਕਲਾਂ ਧੂੜਕੋਟ ਰਣਸੀ ਤੇ ਘੋਲੀਆ ਕਲਾਂ ਪਹਿਲਾਂ ਮੇਰੀ ਬੇਨਤੀ ਧੂੜਕੋਟ ਰਣਸੀਂਹ ਦੀ ਟੀਮ ਪਹਿਲਾਂ ਆਵੇ ਕਿਉਂਕਿ ਉਹਨਾਂ ਦਾ ਮੈਚ ਪਹਿਲਾਂ ਹੋ ਚੁੱਕਾ ਹੈ ਤੇ ਨਾਲ ਮੇਰੀ ਬੇਨਤੀ ਹੈ ਘੋਲੀਆ ਕਲਾਂ ਦੀ ਟੀਮ ਜਲਦੀ ਪਹੁੰਚੇ ਗਰਾਊਂਡ ਵਿੱਚ ਔਰ ਧੂੜਕੋਟ ਦੀ ਟੀਮ ਸਾਹਮਣੇ ਆਉਂਦੀ ਹੈ ਜੀ ਭੱਜੇ ਖਿਡਾਰੀ ਤੇ ਖਿਡਾਰੀਆਂ ਨੂੰ ਬੇਨਤੀ ਜਲਦੀ ਆ ਜਾਓ ਗਰਾਊਂਡ ਵਿੱਚ ਸੋ ਬਹੁਤ ਧੰਨਵਾਦ ਗੁਰਜੀਤ ਹੋਣਾ ਨੇ ਬਹੁਤ ਸੋਹਣੀ ਜ਼ਿੰਮੇਵਾਰੀ ਨਿਭਾਈ ਹੈ ਸੂਬੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸੁਬਾਹ ਤੋਂ ਲੈ ਕੇ ਬਹੁਤ ਸਾਡੇ ਰੈਫਰੀ ਵੀਰ ਜਰਨੈਲ ਬਗੜਾ ਮਾਲਾ ਕਲਾਂ ਨਿੰਮਾ ਭੋਡੀਪੁਰੀਆ ਰਿਸ਼ ਫੁੱਲੇ ਵਾਲਾ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਜੀ ਤੇ ਮੇਰੀ ਬੇਨਤੀ ਹੈ ਹੁਣ ਆਪਦੇ ਘਰਾਂ ਨੂੰ ਜਾਣ ਆ ਮੈਚ ਕਰਾ ਕੇ ਆਪਦੇ ਘਰਾਂ ਨੂੰ ਜਾਣ ਉਹ ਬਾਈ ਖੇਡਣਾ ਕਿ ਨਹੀਂ ਖੇਡਣਾ ਕਬੱਡੀ ਵਾਲਿਆਂ ਨੇ ਹਨੇਰਾ ਹੋਇਆ ਪਿਆ ਆ ਗਈ ਟੀਮ ਜੀ ਧੂੜਕੋਟ ਦੀ ਮੇਰਾ ਖਿਆਲ ਦੀ ਟੀਮ ਪੁੱਜੀ ਹੈ ਤੇ ਘੋਲੀਆ ਕਲਾਂ ਨੂੰ ਮੇਰੀ ਬੇਨਤੀ ਟੀਮ ਜਲਦੀ ਪਹੁੰਚੇ ਗਰਾਊਂਡ ਵਿੱਚ ਮੇਰੀ ਬੇਨਤੀ ਹੈ ਜਗਤਾਰ ਸਾਊਂਡ ਜੇ ਸਰਜ ਲੈਟ ਹੈਗੀ ਤਾਂ ਕਲਾ ਦੇ ਜਗਤਾਰ ਸਾਊਂਡ ਜਗਤਾਰ ਹੈਗੀ ਆ ਲੈਟ ਜਗਤਾਰ ਸਾਊਂਡ ਬਰੀਤ ਸਾਊਂਡ ਜਾਣ ਵਾਲਾ ਹਰ ਖੁਸ਼ੀ ਦੇ ਮੌਕੇ ਤੇ ਇਸ ਵੀਰ ਨੂੰ ਵੀ ਤੁਸੀਂ ਯਾਦ ਰੱਖਣਾ ਹੈ ਬਹੁਤ ਸੋਹਣੀ ਆਵਾਜ਼ ਦੀ ਇਸ ਗਾਉਂਡ ਨੂੰ ਜੱਗਾ ਸਾਡਾ ਕਮੇਟੀ ਮੈਂਬਰਾਂ ਨੂੰ ਬੇਨਤੀ ਹੈ ਇਹਨਾਂ ਬੱਚਿਆਂ ਨਾਲ ਕੇ ਸੰਪਰਕ ਕਰੇ ਜੱਗਾ ਮੁਕਾਬਲਾ ਸ਼ੁਰੂ ਕਰ ਦਿਓ ਜੀ ਦੋਨੋਂ ਟੀਮਾਂ ਆ ਗਈਆਂ ਤਾਂ ਮੇਰਾ ਖਿਆਲ ਘੋਲਗੀ ਵਾਲੇ ਮੁੰਡੇ ਵੀ ਆ ਗਏ ਆ ਤਾਂ ਗਰਾਊਂਡ ਨੂੰ ਥੋੜ੍ਹਾ ਖਾਲੀ ਕਰ ਦਿਓ ਗਰਾਊਂਡ ਨੂੰ ਥੋੜ੍ਹਾ ਖਾਲੀ ਕਰ ਦਿਓ ਬੇਨਤੀ ਹੈ ਫਾਈਨਲ ਮੁਕਾਬਲਾ
ਆਪਾਂ ਦੇਖਣ ਜਾ ਰਹੇ ਦੋਨੋਂ ਟੀਮਾਂ ਦੇ ਵਿਚਕਾਰ ਜਿਹੜੇ ਵੀਰਾਂ ਦੀ ਗਰਾਊਂਡ ਦੇ ਵਿੱਚ ਕੋਈ ਡਿਊਟੀ ਨਹੀਂ ਕਿਰਪਾ ਕਰਕੇ ਬਾਹਰਲੀ ਸਾਈਡ ਚਲੇ ਜਾਣ ਬਿਨਾਂ ਰੈਫਰੀਆਂ ਤੋਂ ਗਰਾਊਂਡ ਦੇ ਵਿੱਚ ਕੋਈ ਨਹੀਂ ਰਹੇਗਾ ਇਹ ਸਾਡੀ ਬੇਨਤੀ ਹੈ ਕਮੇਟੀ ਦੀ ਤਰਫੋਂ ਸਾਰੇ ਵੀਰ ਕਿਰਪਾ ਕਰਕੇ ਬਾਹਰ ਚਲੇ ਜਾਣ ਫਾਈਨਲ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਧੂੜਕੋਟ ਰਣਸੀ ਦੀ ਟੀਮ ਜਿਹੜੀ ਚੜ੍ਹਦੀ ਵਾਲੀ ਸਾਈਡ ਹੈ ਵਾਧੂ ਬੰਦੇ ਗਰਾਊਂਡ ਤੋਂ ਬਾਹਰ ਚਲੇ ਜਾਣ ਘੋਲੀਏ ਦੀ ਟੀਮ ਛਿਪਦੇ ਵਾਲੀ ਸਾਈਡ ਹੈ ਪਹਿਲੀ ਕਬੱਡੀ ਧੂੜਕੋਟ ਰਣਸੀ ਦੇ ਬਿਧਰੂ ਨੇ ਪਾਈ ਹੈ ਤੇ ਪਹਿਲਾ ਡੇਢ ਨੰਬਰ ਹੈ ਉਹ ਆਪਣੀ ਟੀਮ ਦੇ ਲਈ ਜੋੜ ਦਿੱਤਾ ਲਓ ਦੂਜੀ ਕਬੱਡੀ ਇੱਧਰੋਂ ਆਪਣੇ ਤੇ ਗੁਰਜੀਤ ਸਿੰਘ ਸਲੀਣਾ ਪਿੰਡ ਆ ਲਓ ਸਲੀਣੇ ਵਾਲੇ ਗੁਰਜੀਤ ਨੇ ਆਪਣੇ ਹਿੱਸੇ ਦੀ ਪਹਿਲੀ ਕਬੱਡੀ ਪਾਈ ਹੈ ਘੋਲੀਏ ਵੱਲੋਂ ਔਰ ਸਾਹਮਣੇ ਚਾਰ ਜਾਫੀ ਧੂੜਕੋਟ ਰਣਸੀ ਪਿੰਡ ਬੜਾ ਮਸ਼ਹੂਰ ਪਿੰਡ ਹੈ ਲਓ ਸਾਹਮਣੇ ਵੇਖਦਾ ਵੀ ਧੂੜਕੋਟੀਆ ਮੁੰਡੇ ਨੇ ਸ਼ਾਨਦਾਰ ਜਫਾ ਲਾਇਆ ਹੈ ਤੇ ਮੁਕਾਬਲਾ ਬਹੁਤ ਸੋਹਣਾ ਚੱਲਦਾ ਔਰ ਹੁਣ ਨਿਕਲਿਆ ਵੀ ਠੰਡ ਜਿਹੀ ਹੋਈ ਕਰਕੇ ਗੱਡੀ ਚੋਂ ਹਾਂ ਲਓ ਮੁਕਾਬਲਾ ਬਹੁਤ ਸੋਹਣਾ ਹੈ ਤੇ ਸ਼ਾਨਦਾਰ ਜਫਾ ਲਾ ਕੇ ਅੰਕ ਆਪਣੀ ਟੀਮ ਦੇ ਹਿੱਸੇ ਧੂੜਕੋਟ ਵਾਲੇ ਗੱਭਰੂ ਨੇ ਜੋੜਿਆ ਹੋਇਆ ਹਾਂਜੀ ਹਾਂਜੀ ਇਧਰ ਸੰਦੀਪ ਸਾਹੋਗਿਆਂ ਦਾ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਮੇਰੀ ਬੇਨਤੀ ਜੀ ਦੀ ਕੋਈ ਡਿਊਟੀ ਨਹੀਂ ਸਾਈਡ ਤੇ ਹੋ ਜਾਓ ਮੇਰੇ ਭਰਾ ਜੀ ਦੀ ਕੋਈ ਡਿਊਟੀ ਨਹੀਂ ਇੱਕ ਸਾਈਡ ਤੇ ਹੋ ਜਾਓ ਇਧਰ ਕਹਿੰਦੇ ਸੰਦੀਪ ਨੇ ਕਬੱਡੀ ਪਾਈ ਹੋਈ ਹੈ ਸੂਰਜ ਜਿਹੜਾ ਛਿਪ ਗਿਆ ਹਨੇਰਾ ਹੋ ਗਿਆ ਬ੍ਰਿਟੇਨ ਨੂੰ ਕਹਿੰਦੇ ਛਿਪਦੇ ਸੂਰਜ ਦਾ ਦੇਸ਼ ਆਖਿਆ ਜਾਂਦਾ ਹੈ ਜਾਪਾਨ ਚੜ੍ਹਦੇ ਸੂਰਜ ਦਾ ਦੇਸ਼ ਹੈ ਤੇ ਇਧਰ ਪਾਈ ਕਬੱਡੀ ਤੇ ਘੋਲੀਏ ਦੇ ਗੁਰਵਿੰਦਰ ਨੇ ਕਹਿੰਦੇ ਸਿਰੇ ਦਾ ਜਫਾ ਲਾਇਆ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਦਿੱਤਾ ਉਧਰੋਂ ਜੱਗੇ ਨੂੰ ਬੇਨਤੀ ਆ ਕੇ ਸੰਪਰਕ ਕਰੇ ਕਮੇਟੀ ਦੇ ਨਾਲ ਸਾਡਾ ਜੱਗਾ ਸੁਬਾਹ ਤੋਂ ਲੈ ਕੇ ਜ਼ਿੰਮੇਵਾਰੀ ਸਾਂਭੀ ਆ ਤੇ ਜਿਨ੍ਹਾਂ ਦੀ ਕੋਈ ਡਿਊਟੀ ਨਹੀਂ ਭਰਾ ਮੇਰੇ ਇੱਕ ਸਾਈਡ ਤੇ ਹੋ ਜਾਓ ਲਾਓ ਸਾਹਮਣੇ ਵੇਖਦਾ ਵੀ ਭੋਲੂ ਦਾ ਘੋਲੀਆ ਕਲਾ ਪਿੰਡ ਆ ਗੁਰਜੀਤ ਸਿੰਘ ਮੁੰਡੇ ਨੇ 35 ਕਿਲੋ ਤੋਂ ਕਬੱਡੀ ਸ਼ੁਰੂ ਕੀਤੀ ਹੈ ਤੇ ਕਬੱਡੀ ਕਹਿੰਦੇ 80 ਕਿਲੋ ਤੇ ਓਪਨ ਦੇ ਵਿੱਚ ਹੀ ਧਾਵੇ ਬੋਲਦਾ ਹੈ ਔਰ ਘੋਲੀਏ ਵਾਲਾ ਗੁਰਵਿੰਦਰ ਸਿੰਘ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਅਗਲੀ ਕਬੱਡੀ ਬਿਦਰੂ ਧੂੜਕੋਟ ਪਿੰਡ ਬੜਾ ਮਸ਼ਹੂਰ ਹੈ ਚਾਹੇ ਗੱਲ ਗੀਤਕਾਰ ਦੀ ਹੋਵੇ ਗਾਮੇ ਹੋਣਾ ਨੇ ਮਸ਼ਹੂਰ ਕੀਤਾ ਸਬਾਜ ਹੋਣਾ ਨੇ ਤੇ ਚਾਹੇ ਗੱਲ ਡੀਸੀ ਦੀ ਕਲਮ ਦੀ ਤੇ ਚਾਹੇ ਕਬੱਡੀ ਦੇ ਗੋਪੀ ਹੋਣਾ ਦਾ ਨਾਂ ਬੋਲਦਾ ਤੇ ਅੰਕ ਬਿਦਰੂ ਨੇ ਧੂੜਕੋਟ ਦੀ ਟੀਮ ਦੇ ਹਿੱਸੇ ਜੋੜਤਾ ਹੈ ਇਧਰ ਅਗਲੀ ਕਬੱਡੀ ਪਾਉਣ ਦੇ ਲਈ ਭੋਲੂ ਘੋਲੀਏ ਵਾਲਾ ਲਓ ਖੇਡ ਮੈਦਾਨ ਦੇ ਵਿੱਚ ਭੋਲੂ ਨੇ ਕਬੱਡੀ ਪਾ ਦਿੱਤੀ ਹੈ ਉਧਰ ਚਾਰ ਜਾਫੀ ਤਿਆਰ ਬਰ ਤਿਆਰ ਹੈ ਇੱਕ ਕਨੀ ਤੇ ਜੱਗੀ ਕਹਿੰਦੇ ਸਿੰਘਾਂ ਵਾਲੇ ਦਾ ਤੇ ਦੂਜੀ ਕਨੀ ਤੇ ਕਹਿੰਦੇ ਨੌਜਵਾਨ ਖੇਡ ਮੈਦਾਨ ਦੇ ਵਿੱਚ ਘੋਰੀਆਂ ਵੱਟ ਰਿਹਾ ਜੱਗੀ ਦੇ ਨਾਲ ਮੁਕਾਬਲਾ ਹੋ ਗਿਆ ਇੱਕ ਹੱਥ ਨਾਲ ਗੁੱਟ ਫੜਿਆ ਉਧਰ ਧੌਲ ਮਾਰੀ ਹੈ ਤੇ ਲੱਤ ਲਾਈ ਹੈ ਪੁਆਇੰਟ ਕਹਿੰਦੇ ਸਿੰਘਾਂ ਵਾਲੇ ਦੇ ਜੱਗੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਫਾਈਨਲ ਮੈਚ ਖੇਡਿਆ ਜਾ ਰਿਹਾ 80 ਕਿਲੋ ਭਾਰ ਦਾ ਤੇ ਅਗਲੀ ਕਬੱਡੀ ਕਿਸ ਨੌਜਵਾਨ ਨੇ ਪਾਉਣੀ ਹੈ ਸਾਹੋਕੇ ਦਾ ਸੰਦੀਪ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਤਿਆਰ ਬਰ ਤਿਆਰ ਹੈ ਉਧਰ ਚਾਰ ਜਾਫੀ ਹੈ ਤੇ ਚਾਰਾਂ ਜਾਫੀਆਂ ਦੇ ਵਿੱਚੋਂ ਕੌਣ ਜੱਫਾ ਲਾਵੇਗਾ ਪਾਈ ਹੋਈ ਕਬੱਡੀ ਤੇ ਗੁਰਵਿੰਦਰ ਘੋਲੀਏ ਵਾਲਾ ਇਹ ਮੁੰਡਾ ਵੀ ਕਹਿੰਦੇ ਸਿਰੇ ਦੇ ਜੱਫੇ ਲਾਉਂਦਾ ਇਹ ਆ ਗੁਰਵਿੰਦਰ ਘੋਲੀਏ ਵਾਲਾ ਲਓ ਇੱਕ ਜਾਨਦਾਰ ਨੰਬਰ ਇਸ ਗੱਭਰੂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਵਾਹ ਉਧਰੋਂ ਜਾਨਦਾਰ ਪੰਟ ਗੁਰਵਿੰਦਰ ਨੇ ਜੋੜਿਆ ਤੇ ਆਹ ਦੱਸਦੇ ਵੀ ਡਰੋਲੀ ਭਾਈ ਦੀ ਟੀਮ ਦੇ ਵਿੱਚ ਹੀ ਲੰਬੇ ਤੌਰ ਤੇ ਖੇਡ ਰਿਹਾ ਪਰ ਅੱਜ ਕਹਿੰਦੇ ਵੇਖਦੇ ਵੀ ਸਾਹਮਣੇ ਅੱਜ ਖੋਸੇ ਕੋਟਲੇ ਦੀ ਟੀਮ ਵੱਲੋਂ ਲਾਓ ਉਸ ਸਮੇਂ ਘੋਲੀਏ ਵੱਲੋਂ ਅੱਜ ਘੋਲੀਏ ਵੱਲੋਂ ਕਬੱਡੀਆਂ ਪਾ ਰਿਹਾ ਗੁਰਜੀਤ ਸਿੰਘ ਨੇ ਅੰਕ ਆਪਣੀ ਟੀਮ ਦੇ ਉੱਤੇ ਜੋੜਤਾ ਇਧਰ ਬਿਦਰੂ ਕਬੱਡੀ ਪਾ ਰਿਹਾ ਕਿ ਅੰਨਾ ਬੰਦਾ ਰਾਜੇ ਪੁੱਛੇ ਪੁੱਠੇ ਰਸਤੇ ਪਾਈਏ ਨਾ ਵੈਰੀ ਦੇ ਘਰ ਕਹਿਣ ਸਿਆਣੇ ਭੁੱਲ ਕੇ ਖਾਣਾ ਖਾਈਏ ਨਾ ਜੋ ਰੱਸੀ ਦਾ ਸੱਪ ਬਣਾ ਦੇ ਗੱਲ ਤੀਵੀ ਨੂੰ ਦੱਸੀਏ ਨਾ ਇੱਕ ਕਿਸੇ ਦੀ ਕਰੋ ਨਾ ਚੁਗਲੀ ਇੱਕ ਮਾੜੇ ਤੇ ਹੱਸੀਏ ਨਾ ਇੱਕ ਕਿਸੇ ਦੀ ਕਰੋ ਨਾ ਚੁਗਲੀ ਇੱਕ ਮਾੜੇ ਤੇ ਹੱਸੀਏ ਨਾ ਇੱਕ ਮਾੜੇ ਤੇ ਹੱਸੀਏ ਨਾ ਸੱਚ ਗੱਲ ਆ ਵੀ ਮਾੜੇ ਤੇ ਹੱਸੀਏ ਚਾਹੀ ਹਾਂਜੀ ਜੱਗੇ ਟਰਾਲੀ ਕੋਲੇ ਪਹੁੰਚੇ ਦੀ ਛੇਦੀ ਔਰ ਜੱਗਾ ਟਰਾਲੀ ਕੋਲੇ ਪਹੁੰਚੇ ਤੇ ਇਧਰੋਂ ਪੈ ਗਈ ਕਬੱਡੀ ਘੋਲਗੇ ਵਾਲੇ ਭੋਲੂ ਨੇ ਕਬੱਡੀ ਪਾਤੀ ਹੈ ਤੇ ਚਾਰ ਜਾਫੀ ਹੈ ਔਰ ਸਾਹਮਣੇ ਵੇਖਦੇ ਹਾਂ ਵੀ ਆ ਸਕਦਾ ਔਰ ਵੀਰ ਸਿੰਘ ਧੂੜਕੋਟ ਪਿੰਡ ਦਾ ਟਰਾਈ ਕਰਦਾ ਧੂੜਕੋਟ ਪਿੰਡ ਬੜਾ ਮਸ਼ਹੂਰ ਆ ਲਓ ਸਾਹਮਣੇ ਧੂੜਕੋਟ ਜੀ ਨੇ ਟਰਾਈ ਕੀਤੀ ਵੀਰ ਸਿੰਘ ਨੇ ਤੇ ਅੰਕ ਘੋਲਗੇ ਵਾਲੇ ਭੋਲੂ ਨੇ ਆਪਣੀ ਟੀਮ ਦੇ ਇਸੇ ਜੋੜਤਾ ਹੈ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਕਲੱਬ ਦੇ ਵੱਡੇ ਉਦਮ ਸਦਕਾ ਅੱਜ ਦਾ ਟੂਰਨਾਮੈਂਟ ਤੁਸੀਂ ਦੇਖਿਆ ਹੈ ਅੰਤਮ ਪਲਾਂ ਨੂੰ ਛੋਣ ਜਾ ਰਿਹਾ ਹੈ ਇਧਰ ਰਾਣਾ ਵੀ 365.com ਦਾ ਕੈਮਰਾਮੈਨ ਪੁੱਜਿਆ ਦੇਰ ਆਇਆ ਦਰੁਸਤ ਆਇਆ ਲਓ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਨੌਜਵਾਨ ਘੋਲੀਏ ਵਾਲਾ
ਤਿਆਰ ਬਰ ਤਿਆਰ ਹੈ ਗੁਰਜੀਤ ਦਾ ਕਹਿੰਦੇ ਸਲੀਣਾ ਪਿੰਡ ਹੈ ਤੇ ਘੋਲੀਏ ਦੀ ਤਰਫੋਂ ਕਬੱਡੀ ਪਾਈ ਹੈ ਲਓ ਮੋਟਰਸਾਈਕਲ ਵਾਲੇ ਵੀਰਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਲਾਈਟਾਂ ਜਗਾਈਆਂ ਹੈ ਤੇ ਸਾਰੇ ਜਗਾ ਦਿਓ ਜਿਹਦੇ ਮੋਟਰਸਾਈਕਲ ਖੜੇ ਤੁਸੀਂ ਮੈਚ ਦੇਖਣਾ ਤਾਂ ਨਜ਼ਾਰਾ ਵਜਿਆ ਹੋਇਆ ਹੈ ਲਓ ਕਬੱਡੀ ਦੇ ਖੇਡ ਮੈਦਾਨ ਵਿੱਚ ਆਓ ਗੁਰਜੀਤ ਦੀ ਪਾਈ ਕਬੱਡੀ ਸਲੀਣਾ ਪਿੰਡ ਬੜਾ ਮਸ਼ਹੂਰ ਪਿੰਡ ਹੈ ਆਓ ਦੂਸਰੇ ਪਾਸੇ ਇਸ ਵਕਤ ਫੇਰ ਟਰਾਈ ਕਰਦਾ ਧੂੜਕੋਟੀਆ ਪਰ ਜਫਾ ਵਿਖਦੇ ਵੀ ਨਹੀਂ ਲੱਗ ਸਕਿਆ ਤੇ ਅੰਕ ਗੁਰਜੀਤ ਨੇ ਘੋਲੀਏ ਕਲਾਂ ਦੀ ਟੀਮ ਦੇ ਸੇ ਜੁੜਿਆ ਹੋਇਆ ਹੈ ਇਧਰ ਕਹਿੰਦੇ ਧੂੜਕੋਟੀਆ ਬਿਧਰੂ ਕਬੱਡੀ ਪਾ ਰਿਹਾ ਆਈ ਹੋਈ ਕਬੱਡੀ ਆਓ ਦੇਖੋ ਟੱਕਰ ਸ਼ੇਰਾਂ ਦੀ ਲੱਖੀ ਨੇ ਟਰਾਈ ਕੀਤੀ ਹੈ ਪਰ ਨੰਬਰ ਜਿਹੜਾ ਧਾਵੀ ਦੇ ਸੇ ਜਾ ਜੁੜਿਆ ਕਿ ਸਿਦਕ ਤੇ ਰਹਿਣਾ ਤੇ ਕਹਿਣਾ ਦੁੱਖ ਨੂੰ ਸਹਿਣਾ ਜ਼ੁਲਮ ਵਟਾਉਣਾ ਪੱਗ ਵਟਾਉਣਾ ਨਾਮ ਕਮਾਉਣਾ ਇਹ ਜਣੇ ਖਣੇ ਦੇ ਵੱਸ ਨਹੀਂ ਲਓ ਦੇਖੋ ਭੋਲੂ ਕਬੱਡੀ ਪਾ ਰਿਹਾ ਚਾਰ ਜਾਫੀ ਤਿਆਰ ਬਰ ਤਿਆਰ ਹੈ ਚਾਰਾਂ ਦੇ ਵਿੱਚੋਂ ਕੌਣ ਜੱਫਾ ਲਾ ਕੇ ਕਮਾਲ ਕਰੇਗਾ ਆਲਮਾਲੇ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਬਹਾਰਾਂ ਫਾਈਨਲ ਮੈਚ 80 ਕਿਲੋ ਦਾ ਖੇਡਿਆ ਜਾ ਰਿਹਾ ਆਓ ਦੇਖੋ ਵੀਰ ਸਿੰਘ ਤੇ ਭੋਲੂ ਲਓ ਹੰਦਿਆਂ ਦੇ ਲਾਗੇ ਟੱਕਰ ਜ਼ੋਰ ਲੱਗਾ ਪਿਆ ਰੱਖਿਆ ਹੋਇਆ ਧੌਣ ਤੇ ਹੱਥ ਆਓ ਦੇਖੋ ਬੱਲੇ ਬੱਲੇ ਤੇ ਪੁਆਇੰਟ ਜਿਹੜਾ ਭੋਲੂ ਘੋਰੀਏ ਵਾਲਾ ਆਪਣੀ ਟੀਮ ਦੇ ਲਈ ਜੋੜ ਚੁੱਕਿਆ ਬੱਲੇ ਬੱਲੇ ਕਰਵਾਤੀ ਉਹਨੇ ਕਬੱਡੀ ਦੇ ਖੇਡ ਮੈਦਾਨ ਚ ਅਗਲੀ ਕਬੱਡੀ ਬਿੰਦਰੂ ਨੇ ਪਾਈ ਹੈ ਤੇ ਸਾਹਮਣੇ ਦੇਖਾਂਗਾ ਇਸ ਵਕਤ ਘੋਲੀਏ ਵਾਲਾ ਟਰਾਈ ਕਰਦਾ ਹੋਇਆ ਤੇ ਅੰਕ ਬਿੰਦਰੂ ਬੜਾ ਸ਼ਰਪ ਜਿਵੇਂ ਗੁਰਜੀਤ ਕਹਿੰਦਾ ਹੁੰਦਾ ਹੈ ਸੁਖਰਾਜ ਕਹਿੰਦਾ ਵੀ ਬੜਾ ਸ਼ਰਪ ਤੇ ਮੁੰਡਾ ਬੜਾ ਤੇਜ਼ ਹੈ ਤੇ ਮੁਕਾਬਲਾ ਸਮਾਪਤ ਹੋ ਚੁੱਕਾ ਹੈ ਲਓ ਅੱਜ ਦਾ ਫਾਈਨਲ ਮੁਕਾਬਲਾ ਜਿਹੜਾ ਸਮਾਪਤ ਹੋ ਚੁੱਕਾ ਹੈ ਉਧਰ ਸਾਡੇ ਵੀਰ ਪਿੰਡਾ ਕੈਨੇਡਾ ਦੇ ਨਾਲ ਇਕਬਾਲ ਹੈ ਜੋ ਫੌਰਨ ਤੋਂ ਪੁੱਜੇ ਹੋਏ ਹੈ ਦਾਸ ਦੇ ਲਈ 500 ਦਾ ਵੱਡਾ ਮਾਣ ਭੇਜਦੇ ਆ ਤੇ ਨਾਲ ਨਿਰਮਲ ਦੇ ਲਈ ਵੀ 500 ਦਾ ਮਾਣ ਭੇਜਦੇ ਆ ਸਾਡੇ ਵੀਰ ਪਿੰਡਾਂ ਦੇ ਇਕਬਾਲ ਇਹਨਾਂ ਦਾ ਧੰਨਵਾਦ ਕਰਦੇ ਆ ਜੋ ਸਾਡੇ ਵੀਰ ਅੱਜ ਇਸ ਟੂਰਨਾਮੈਂਟ ਦੇ ਲਈ ਉੱਚੇ ਤੌਰ ਤੇ ਪੁੱਜੇ ਹੋਏ ਆ ਵੱਡਾ ਯੋਗਦਾਨ ਹੈ ਪਿੰਡਾਂ ਇਕਬਾਲ 500 ਦੇ ਵੱਡੇ ਮਾਣ ਭੇਜਦੇ ਆ ਬਹੁਤ ਬਹੁਤ ਧੰਨਵਾਦ ਬਾਈ ਪਿੰਡਾਂ ਜੀ ਤੇ ਆਪਾਂ ਸਕੋਰ ਸਾਂਝੇ ਕਰ ਲਈਏ ਇਸ ਫਾਈਨਲ ਮੁਕਾਬਲੇ ਦੇ ਘੋਲੀਏ ਕਲਾਂ ਦੇ ਪੁਆਇੰਟਾਂ ਜੀ 7 ਪੁਆਇੰਟ ਘੋਲੀਆ ਕਲਾਂ ਤੇ 8.5 ਪੁਆਇੰਟ ਧੂੜਕੋਟ ਦੀ ਟੀਮ ਅੱਜ ਦੇ ਇਸ ਟੂਰਨਾਮੈਂਟ ਦੀ ਫਸਟ ਆ ਤੇ ਸੈਕੰਡ ਟੀਮ ਘੋਲੀਆ ਕਲਾਂ ਬੋਲੇ ਸੋਨਿਹਾ ਸਤਿ ਸ੍ਰੀ ਅਕਾਲ ਜਕਾਰਾ ਬੁਲਾਉਣ ਦੇ ਇਸ ਮੇਲੇ ਦੇ ਅੱਜ ਦਾ ਬੈਸਟ ਰੇਡਰ ਬਿਧਰੂ ਧੂੜਕੋਟੀਆ ਬਿਧਰੂ ਧੂੜਕੋਟੀਆ ਅੱਜ ਦੇ ਇਸ ਮੇਲੇ ਦਾ ਬੈਸਟ ਰੇਡਰ ਤੇ ਬੈਸਟ ਜਾਫੀ ਗੁਰਵਿੰਦਰ ਘੋਲੀਆ ਘੋਲੀਆ ਤੇ ਜੂਸਰਾਂ ਦੇ ਨਾਲ ਮਾਨ ਸਨਮਾਨ ਕੀਤੇ ਜਾਣੇ ਆ ਇਹ ਚੀਜ਼ਾਂ ਸਾਰੀਆਂ ਮੌਸਮ ਦੇ ਹਿਸਾਬ ਨਾਲ ਦਿੱਤੀਆਂ ਕਿਉਂਕਿ ਗਰਮੀ ਦਾ ਮੌਸਮ ਆ ਗਿਆ ਵੀ ਜੂਸ ਕੱਢ ਕੇ ਪੀਣਾ ਮੇਰ ਨੂੰ ਤੇ ਬੂਟੇ ਨੂੰ ਵੀ ਕੂਲਰ ਗਰਮੀ ਦੇ ਹਿਸਾਬ ਨਾਲ ਹੀ ਦਿੱਤੇ ਆ ਤੇ ਤੜਾਰੀਆਂ ਦੇ ਲਈ ਜੂਸਰ ਹੈ ਵੀ ਆਹ ਸੀਜ਼ਨ ਜਿਹੜਾ ਸਮਾਪਤੀ ਵਾਲਾ ਤੇ ਅਗਲੇ ਸੀਜ਼ਨ ਦੀ ਤਿਆਰੀ ਜਿਹੜੀ ਤੁਸੀਂ ਕੀਤੀ ਹੈ ਪਰਮਾਤਮਾ ਨਾਲ ਖਿਡਾਰੀਆਂ ਨੂੰ ਸਾਰੇ ਪ੍ਰਬੰਧਕਾਂ ਤਰੱਕੀਆਂ ਬਖਸ਼ੇ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਤਾਂ ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਇੱਕ ਵਾਰੀ ਫਿਰ ਸਾਰੇ ਦਾ ਧੰਨਵਾਦ ਹੈ ਹੈਲੋ ਇਧਰ ਬੂਟੇ ਦੇ ਲਈ ਵੀ 500 ਆਪਣਾ ਹਾਂਗਕਾਂਗ ਜੀ ਸਾਡੇ ਵੀਰ 500 ਦਾ ਵੱਡਾ ਮਾਣ ਕਰਦੇ ਆ ਇਧਰ ਸੁਖਚੈਨ ਸਿੰਘ ਜੀ ਕੈਨਾ ਨੱਥੋਕੇ ਵਾਲੇ ਉਹਨਾਂ ਦੇ ਪਾਪਾ ਜੀ ਪੁੱਜੇ ਹੋਏ ਆ ਇੰਟਰਨੈਸ਼ਨਲ ਕਬੱਡੀ ਖਿਡਾਰੀ ਹੈ ਕੈਨਾ ਨੱਥੋਕੇ ਉਹਨਾਂ ਦੇ ਫਾਦਰ ਸਰਦਾਰ ਪ੍ਰਗਟ ਸਿੰਘ ਜੀ ਵੀ ਪੁੱਜੇ ਉਹਨਾਂ ਦਾ ਵੀ ਧੰਨਵਾਦ ਹੈ ਤੇ ਨਾਲ ਹੀ ਸਾਰੇ ਪ੍ਰਬੰਧਕਾਂ ਦਾ ਇਧਰ ਮੋਠੇ ਦਾ ਵੀ ਚੇਚੇ ਤੌਰ ਤੇ ਧੰਨਵਾਦ ਆ ਸਾਡੀ ਖੇਡ ਕ੍ਰਿਕਟ ਦਾ ਵਧੀਆ ਖਿਡਾਰੀ ਹੈ